ਉੱਚੀ ਆਵਾਜ਼ ਨੇ ਗਿੱਦੜ ਕੀਤੇ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਗਿੱਦੜ ਕੀਤੇ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਜ਼ਾਲਮ ਮਾਰੇ ਘੇਰ ਗੁਰੂ ਗੋਬਿੰਦ ਸਿੰਘ ਜੀ ਨੇ ਉੱਚੀ ਆਵਾਜ਼ ਵਿੱਚ ਕਿੰਨੇ ਜ਼ਾਲਮ ਮਾਰੇ ਘੇਰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਗਿੱਦੜ ਕੀਤੇ ਸ਼ੇਰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਜ਼ਾਲਮ ਮਾਰੇ ਘੇਰ ਗੁਰੂ ਗੋਬਿੰਦ ਸਿੰਘ ਜੀ ਨੇ ਅਗਲੀ ਲਾਈਨ ਛੱਡੀ ਮਿਹਨਤ ਤੇਰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਛੱਡੀ ਮਿਹਨਤ ਤੇਰ ਗੁਰੂ ਗੋਬਿੰਦ ਸਿੰਘ ਜੀ ਨੇ ਨੈਕਸਟ ਲਾਈਨ ਕਿੰਨੇ ਸਾਧੂ ਕਰੇ ਦਲੇਰ ਮੀਨਿੰਗ ਅਸੀਂ ਇਸ ਤੋਂ ਬਾਅਦ ਕਰਦੇ ਹਾਂ ਠੀਕ ਹੈ ਦੋ ਲਾਈਨਾਂ ਕਰਕੇ ਫਿਰ ਆਪਾਂ ਇਸ ਤੋਂ ਬਾਅਦ ਮੀਨਿੰਗ ਕਰਾਂਗੇ ਸੋ ਕਿੰਨੇ ਸਾਧੂ ਕਰੇ ਦਲੇਰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਸਾਧੂ ਕਰੇ ਦਲੇਰ ਗੁਰੂ ਗੋਬਿੰਦ ਸਿੰਘ ਜੀ ਨੇ ਕਿੰਨੇ ਸਾਧੂ ਮਿਹਨਤ ਤੇਰ ਗੁਰੂ ਗੋਬਿੰਦ ਸਿੰਘ ਜੀ ਨੇ ਗਿੱਦੜ ਕੀਤੇ ਸ਼ੇਰ So who turned the weak people into strong people? Guru Gobind Singh Ji. Kinne zalim mare ke, kinne jede bad people, se kinne defeated the bad people? Guru Gobind Singh Ji. And where did we get that strength? Kinne strength hai Guru Gobind Singh Ji ne, how did he give us the strength? By Amrit Shikar Sarma ne kaya tha, ki tusi mera khalsa hai. Khalsa means ki mera andro pure hove. You have good feelings, but at the same time you are strong and you are tough. ਚਲੋ ਫਿਰ ਹਾਂਜੀ ਹਾਂਜੀ ਹਾਂਜੀ